ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡੇ ਸਭ ਦਾ ਸਵਾਗਤ ਹੈ ਸ਼ੋਅ ਦੇ ਵਿੱਚ, ਜਿਸ ਦਾ ਨਾਮ ਹੈ ਵਾਕਿਆ ਸਵਾਦ ਹੈ ਤੇ ਮੇਰੇ ਨਾਲ ਇੱਕ ਰੂਪ ਕ੍ਰੀਏਸ਼ਨ ਦੀ ਹੈਡ ਮਿਸਿਸ ਰੇਖਾ ਪੱਲਾ। ਆਓ ਵੇਖਦੇ ਹਾਂ ਕਿ ਕੀ ਪੱਕ ਰਿਹਾ ਨੇ ਕਿਚਨ ਦੇ ਵਿੱਚ। ਜੀ ਰੇਖਾ ਜੀ, ਹੁਣ ਚਨੇ ਬਣਾ ਕੇ ਤੁਸੀਂ ਮੈਨੂੰ ਦੇ ਤੇ ਨੇ, ਕਾਫੀ ਲਾਜਵਾਬ ਨੇ, ਤੇ ਇਹਦੇ ਨਾਲ ਹੁਣ ਪੂਰੀ ਤੇ ਭਾਈ ਮੈਂ ਜ਼ਰੂਰ ਖਾਊਂਗੀ ਤੇ ਫਿਰ ਪੂਰੀ ਬਣਾਉਣ ਦੀ ਤਿਆਰੀ ਕਰੀਏ। ਹਾਂਜੀ ਜੀ, ਇਹਨੂੰ ਮੈਂ ਸਾਈਡ 'ਚ ਲਾ ਸਕਦੀ ਹਾਂ, ਬਾਅਦ 'ਚ ਖਾਊਂਗੀ ਮੈਂ ਪੂਰੀ ਨਾਲ। ਜੀ ਰੇਖਾ ਜੀ, ਅਸੀਂ ਬਾਊਲ ਲੈ ਲਿਆ, ਹੁਣ ਪੂਰੀ ਦਾ ਆਟਾ ਸੀ। ਪੂਰੀ ਕੋਈ ਤੁਸੀਂ ਖਾਸ ਪੂਰੀ ਬਣਾਉਣ ਲੱਗੇ ਬਾਰੇ ਦੱਸੋ। ਆਮ ਜਿਸੇ ਘਰ ਵਿੱਚ ਅਜਵੈਨ ਦੀ ਪੂੜੀ, ਨਮਕ ਪੂੜੀ ਜਾਂ ਫਿਰ ਬੰਦਾ ਬਣਾ ਲੈਂਦਾ ਹੈ, ਲੇਕਿਨ ਇਹ ਹੈਗੀ ਗਾਰਲਿਕ, ਇਹਦੇ ਵਿੱਚ ਗਾਰਲਿਕ ਦਾ ਫਲੇਵਰ ਹੈ, ਲਸਣ ਦਾ ਫਲੇਵਰ ਹੈ ਜਿਹੜਾ ਪੂਰੀ ਵਿੱਚ। ਵਾਓ, ਮੈਂ ਪਹਿਲੀ ਵਾਰ ਇਦਾਂ ਦੀ ਪੂਰੀ ਖਾਊਂਗੀ ਤੇ ਫਟਾਫਟ ਅਸੀਂ ਸ਼ੁਰੂ ਕਰਦੇ ਹਾਂ। ਇਹਦਾ ਨਾ ਇਹਦੇ ਵਿੱਚ ਆਟਾ ਅਲੱਗ ਕਿਸਮ ਦਾ ਗੁੰਨਿਆ ਜਾਂਦਾ ਹੈ। ਹਾਂਜੀ, ਇਸ ਵਿੱਚ ਜਿਹਦਾ ਆਪਾਂ ਇੱਕ ਕੜਛੀ ਲੈ ਲਿਆ ਬੇਸਨ, ਇੱਕ ਕੜਛੀ ਅਸੀਂ ਬੇਸਨ ਲਿੱਤੀ ਹੈ ਜੀ, ਉਸ ਤੋਂ ਬਾਅਦ ਅੱਧਾ ਕੜਛੀ ਅੱਧਾ ਕੜਛੀ ਆਟਾ ਲਿੱਤਾ ਹੈ ਜੀ। ਮੈਨੂੰ ਮੇਰਾ ਮਨ ਹੈ ਕਿ ਮੈਂ ਇਹਨੂੰ ਆਪਣੇ ਨਾਲ ਥੋੜਾ ਜਿਹਾ ਇਹਦੇ ਵਿੱਚ ਥੋੜਾ ਜਿਹਾ ਆਪਾਂ ਹੋਲ ਕਰ ਲਾਂਗੇ ਜੀ, ਇੱਕ ਚਮਚ ਆਪਾਂ ਇਹਦੇ ਤੇ ਜੀ। ਮੇਰਾ ਮਨ ਹੈ ਗੁੰਨਣ ਦਾ, ਬਟ ਕਰੋ, ਚਲੋ ਤੁਸੀਂ ਗੁੰਨੋ, ਮੈਂ ਦੇਖ ਰਹੀ ਹਾਂ, ਮੈਂ ਘਰ ਜਾ ਕੇ ਟਰਾਈ ਕਰਾਂਗੀ। 1/4 ਟੀਸਪੂਨ ਇਹਦੇ ਤੇ ਆਪਾਂ ਹਲਦੀ ਪਾ ਦਿੰਦੇ ਹਾਂ। ਤੇਲ ਤੋਂ ਬਾਅਦ ਇਹਨਾਂ ਨੇ ਥੋੜੀ ਜੀ ਹਲਦੀ ਚੁਟਕੀ ਭਰ ਪਾਈ ਹੈ, ਨਮਕ ਟੇਸਟ ਦੇ ਅਨੁਸਾਰ ਜਿੰਨਾ ਕੋ ਨਮਕ ਚਾਹੀਦਾ, ਅਜਵਾਇਣ ਪਾਣੀ ਹੈ ਜ਼ਰੂਰੀ, ਉਹ ਅੱਧਾ ਚਮਚ ਦੇ ਕਰੀ। ਤੇ ਜਿਹੜਾ ਲਸਣ ਦਾ ਪਾਣੀ ਹੈ ਕੀ ਕਰਾਂਗੇ ਅਸੀਂ? ਇਹ ਅਸੀਂ ਬਾਅਦ ਵਿੱਚ ਪਾਵਾਂਗੇ, ਪਹਿਲੇ ਇਹਨੂੰ ਅੱਛੇ ਸੇ ਨਾ ਮਿਕਸ ਕਰ ਲਈਏ ਜੀ। ਪਹਿਲੇ ਜਿਹੜਾ ਤੇਲ ਹੈ ਜਿਹੜਾ ਪਾਇਆ, ਉਹ ਸਾਰੇ ਆਟੇ ਦੇ ਵਿੱਚ ਜਿਹੜਾ ਮਿਸ਼ਰਣ ਜਿਹੜਾ ਅਸੀਂ ਬਣਾਇਆ ਸੀ। ਹਾਂਜੀ ਬਿਲਕੁਲ, ਸਾਰਾ ਇੱਕ ਸਾਰ ਹੋ ਜਾਏ ਜੀ ਇਹ ਸਾਰਾ ਅੱਛੇ ਸੇ ਜੀ। ਇਹ ਤਾਂ ਫਿਰ ਜਿਹੜਾ ਫਲੇਵਰ ਹੈ ਲਸਣ ਦਾ ਸਾਨੂੰ ਆਏਗਾ ਆਪਕੋ। ਹਾਂਜੀ ਬਿਲਕੁਲ ਬਿਲਕੁਲ। ਹੁਣ ਆਪਾਂ ਇਹਦੇ ਤੇ ਇਹ ਲਸਣ ਦਾ ਪਾਣੀ ਪਾ ਦਾਂਗੇ ਜੀ। ਤੁਸੀਂ ਪਲੇਨ ਵੀ ਬਣਾ ਸਕਦੇ ਹੋ, ਕਈਆਂ ਨੂੰ ਲਸਣ ਨਹੀਂ ਪਸੰਦ ਆਉਂਦਾ ਤਾਂ ਪਲੇਨ ਤੁਸੀਂ ਬੇਸਣ ਵਾਲੀ ਜਿਹੜੀ ਵੀ ਆਪਾਂ ਅਜਵਾਇਣ ਪਾ ਕੇ ਬਣਾਈ ਪੂੜੀ ਉਦਾਂ ਵੀ ਬਣਾ ਸਕਦੇ। ਹੁਣ ਆਪਾਂ ਇਹਦਾ ਨੋਰਮਲ ਪਾਣੀ ਪਾ ਕੇ ਇਹਦਾ ਆਟਾ ਗੁੰਨ ਲਾਂਗੇ। ਹੁਣ ਮਿੱਸੀ ਰੋਟੀ ਵਰਗਾ ਮੈਨੂੰ ਲੱਗਦਾ ਕਿ ਥੋੜਾ ਜਿਹਾ ਮਟੀਰੀਅਲ ਬਣ ਜਾਂਦਾ ਹੈ ਨਾ। ਮਿੱਸੀ ਰੋਟੀ ਵਿੱਚ ਥੋੜਾ ਜਿਹਾ ਪਿਆਜ਼ ਪੈ ਜਾਂਦਾ, ਕਸੂਰੀ ਮੇਥੀ ਪੈ ਜਾਂਦੀ, ਇਹਦੇ ਤੇ ਥੋੜਾ ਜਿਹਾ ਲਸਣ ਪਿਆ, ਥੋੜਾ ਜਿਹਾ ਆਪਾਂ ਤੇਲ ਪਾ ਦਾਂਗੇ ਇਹਦੇ ਤੇ ਤਾਂ ਕਿ ਚਿਪਕ ਰਿਹਾ ਤਾਂ ਉਹ ਠੀਕ ਹੋ ਜਾਏਗਾ। ਹਾਂਜੀ ਹਾਂਜੀ ਬਿਲਕੁਲ, ਥੋੜਾ ਜਿਹਾ ਆਟਾ ਕਿਉਂਕਿ ਬੇਸਣ ਹੈ ਨਾ ਇਹਦੇ ਵਿੱਚ ਜੀ, ਬੇਸਣ ਥੋੜਾ ਜ਼ਿਆਦਾ ਹੈ। ਹਾਂਜੀ ਹਾਂਜੀ ਚਲ ਜੀ, ਆਟਾ ਲਗਭਗ ਸਾਡਾ ਤਿਆਰ ਹੋ ਚੁੱਕਿਆ। ਹਾਂਜੀ ਹਾਂਜੀ ਆਟਾ ਤਿਆਰ। ਆਲਮੋਸਟ ਆਟਾ ਆਪਣਾ ਤਿਆਰ ਹੋ ਗਿਆ ਜੀ। ਠੀਕ ਹੈ, ਚੇਤ ਲੱਗ ਰਿਹਾ ਜੀ। ਤੇ ਹੁਣ ਅਸੀਂ ਇਹਦੀ ਪੂਰੀ ਬਣਾਵਾਂਗੇ। ਹਾਂਜੀ ਜੀ, ਜਿਹੜੀ ਪੂਰੀ ਹੈ ਰੇਖਾ ਜੀ, ਮੈਨੂੰ ਲੱਗਦਾ ਕਿ ਆਇਲ ਜਿਹੜੇ ਹੈਗੇ ਨੇ ਉਹ ਵੀ ਬੜੇ ਮੈਟਰ ਕਰਦੇ ਨੇ ਜਦੋਂ ਸਵਾਦ ਦੀ ਅਸੀਂ ਗੱਲ ਕਰੀਏ ਕਿ ਕਿਹੜੇ ਤੇਲ ਦੇ ਵਿੱਚ ਬਣੀ ਹੋਈ ਹੈ। ਤੇ ਪੂਰੀ ਜਦੋਂ ਇਹ ਵਾਲੀ ਅਸੀਂ ਖਾਸ ਕਰਕੇ ਤਲਾਂਗੇ ਕਿਹੜੇ ਤੇਲ ਦੇ ਵਿੱਚ ਤਲਾਂਗੇ? ਰਿਫਾਈਨਡ ਆਇਲ ਵਿੱਚ, ਰਿਫਾਈਨਡ ਦੇ ਵਿੱਚ ਤਲਾਂਗੇ ਜੀ। ਲੈ ਕੇ ਆਪਾਂ ਥੋੜਾ ਜਿਹਾ ਮਲ ਲਾਂਗੇ ਇਹਨੂੰ ਚੰਗੀ ਤਰ੍ਹਾਂ ਜੀ। ਹੁਣ ਅਸੀਂ ਤੇਲ ਗਰਮ ਹੋਣ ਨੂੰ ਰੱਖਾਂਗੇ। ਹਾਂਜੀ ਹਾਂਜੀ, ਮੈਨੂੰ ਲੱਗਦਾ ਹੈ ਤੇਲ ਪਾਵਾਂਗੇ ਹੁਣ ਅਸੀਂ ਆਟਾ ਬਹੁਤ ਵਧੀਆ ਤੁਸੀਂ ਤਿਆਰ ਕੀਤਾ ਹੈ। ਹਾਂਜੀ, ਇਹਦੇ ਆਪਾਂ ਇਕੁਅਲ ਪੀਸਸ ਕੱਟ ਲਾਂਗੇ ਇਸ ਤਰ੍ਹਾਂ ਨਾ ਜੀ। ਇਹਨੂੰ ਅਸੀਂ ਗੋਲ ਗੋਲ ਕਰਾਂਗੇ ਪੂਰੀ ਵਾਸਤੇ। ਮੈਨੂੰ ਪਤਾ ਹੈ, ਮੈਨੂੰ ਯਾਦ ਹੈ ਜਦੋਂ ਮੰਮੀ ਸਾਡੇ ਪੂਰੀਆਂ ਬਣਾਉਂਦੇ ਹੁੰਦੇ ਸੀ, ਅਸੀਂ ਇੱਦਾਂ ਗੋਲ ਗੋਲ ਕਰਨ ਦੇ ਵਿੱਚ ਸਾਨੂੰ ਬੜਾ ਮਜ਼ਾ ਆਉਂਦਾ ਹੁੰਦਾ ਸੀ।
ਅਸੀਂ ਅਕਸਰ ਇੰਜੋਏ ਕਰਦੇ ਸੀ ਇੱਦਾਂ। ਇਹਦਾ ਬੇਲ ਲਾਂਗੇ ਆਪਾਂ ਇਹਨੂੰ ਪਤਲੀ ਜੀ ਜੀ। ਇੱਕ ਨਾ ਪਾ ਕੇ ਦੇਖ ਲਾਂਗੇ ਪਹਿਲੇ ਕਿ ਤੇਲ ਆਪਣਾ ਗਰਮ ਹੋਇਆ ਕਿ ਨਹੀਂ ਹੋਇਆ। ਹਾਂਜੀ ਹਾਂਜੀ, ਠੰਡੇ ਤੇਲ ਤੇ ਫਿਰ ਸਾਰਾ ਤੇਲ ਉਹਦੇ ਵਿੱਚ ਚਲਾ ਜਾਂਦਾ ਹੈ। ਹੁਣ ਲੱਗਦਾ ਤੇਲ ਸਾਡਾ ਗਰਮ ਹੋ ਚੁੱਕਿਆ ਹੈ। ਹਾਂਜੀ, ਹੁਣ ਆਪਾਂ ਪੂਰੀ ਤਲਾਂਗੇ ਇਹਦੇ ਉੱਤੇ ਦੂਜੀ ਪੂਰੀ। ਇਹਦੇ ਤੇ ਪਲੇਥਨ ਨਹੀਂ ਲਗਾਉਣਾ ਜੀ। ਅਨਿਸ਼ ਤੁਸੀਂ ਉਧਰ ਰੱਖ ਸਕਦੇ ਹੋ ਕਿਉਂਕਿ ਤੁਹਾਨੂੰ ਥੋੜਾ ਦੂਰ ਪੈ ਰਿਹਾ ਹੈ ਪਲੇਟ, ਕਿਉਂਕਿ ਮੈਂ ਤੇ ਕੰਮ ਕੁਝ ਕਰ ਨਹੀਂ ਰਹੀ, ਮੈਂ ਸਿਰਫ ਦੇਖ ਰਹੀ ਆ। ਤੇਲ ਲਗਾਉਣਾ, ਆਟਾ ਨਹੀਂ ਲਗਾਉਣਾ ਜੀ ਇਹਦੇ ਤੇ। ਮੋਸਟਲੀ ਆਪਾਂ ਘਰ ਬਣਾਉਂਦੇ ਆ ਆਟਾ ਲਗਾ ਦਿੰਦੇ ਆ, ਫਿਰ ਉਹ ਤੇਲ ਸਾਡਾ ਸਾਰਾ ਖਰਾਬ ਹੋ ਜਾਂਦਾ ਹੈ। ਮਤਲਬ ਤੇਲ ਲਗਾ ਕੇ ਜਿਹੜਾ ਹੈਗਾ ਥੋੜਾ ਜਿਹਾ ਹਾਂਜੀ ਪੂਰੀ ਨੂੰ ਬਣਾਉਣਾ ਜੀ। ਇਹ ਪੂਰੀ ਬਹੁਤ ਵੱਡੀ ਨਹੀਂ ਬਣੇਗੀ ਜੀ, ਛੋਟੀ ਛੋਟੀ ਬਣੇਗੀ, ਛੋਟੀ ਛੋਟੀ ਬਣੇਗੀ। ਹਾਂਜੀ ਹਾਂਜੀ, ਪਰ ਫਲੇਵਰ ਜਿਹੜਾ ਹੈਗਾ ਉਹ ਆਣਾ ਮੈਨੂੰ ਲੱਗਦਾ ਜ਼ਿਆਦਾ ਇੰਪੋਰਟੈਂਟ ਹੈ। ਹਾਂਜੀ ਹਾਂਜੀ, ਲਸਣ ਦਾ ਕੋਈ ਗੱਲ ਨਹੀਂ, ਮੈਨੀਆਂ ਪੂਰੀਆਂ ਬਹੁਤ ਆਰਾਮ ਨਾਲ ਖਾ ਲਾਂਗੀ ਜੀ। ਹੁਣ ਇਹਨੂੰ ਅਸੀਂ ਪ੍ਰੈਜ਼ੈਂਟ ਕਰਾਂਗੇ ਚਨੇ। ਮੈਂ ਚਨੇ ਦੀ ਪਲੇਟ ਸਭ ਤੋਂ ਪਹਿਲਾਂ ਤੁਹਾਨੂੰ ਦਵਾਂਗੀ ਕਿਉਂਕਿ ਖਾਣੇ ਤੇ ਮੈਂ ਚਨਿਆਂ ਦੇ ਨਾਲ ਲਿਆ, ਫਿਰ ਤੁਸੀਂ ਪਿੰਡੀ ਚਨਾ ਬਣਾਇਆ। ਪਲੇਟ ਅਸੀਂ ਮੈਂ ਹੋਰ ਲੈ ਲੈਣੀ, ਮੈਨੂੰ ਲੱਗਦਾ ਸੀ ਉਹ ਚ ਸਰਵ ਕਰ ਲਾਂਗੇ। ਜੀ ਇਹਨੂੰ ਅਸੀਂ ਟਿਸ਼ੂ ਨਾਲ ਵਾਈਪ ਕਰ ਦਿੰਦੇ ਹਾਂ ਜੀ। ਚਮਚ ਜੀ ਜੀ, ਲਓ ਜੀ ਹੁਣ ਤੁਸੀਂ ਆਪਣਾ ਪ੍ਰੈਜੈਂਟੇਸ਼ਨ ਕਰ ਸਕਦੇ ਹੋ। ਜੇ ਵੀ ਸਾਰੇ ਚਨੇ ਖਾਣੇ ਆ ਤੁਸੀਂ? ਨਹੀਂ ਨਹੀਂ ਨਹੀਂ, ਬਸ ਥੋੜੇ ਜਿਹੇ। ਹੁਣ ਟੇਸਟ ਕਰੋ ਤੁਸੀਂ। ਵਾਓ, ਬੜੀ ਦੇਖਣ ਦੇ ਵਿੱਚ ਇਹਨੀ ਲਾਜਵਾਬ ਲੱਗ ਰਹੀ ਹੈ। ਛੋਟੀ ਛੋਟੀ ਪੂਰੀਆਂ ਨੇ, ਕਲਰ ਕਾਫੀ ਅੱਛਾ ਆਇਆ, ਜਿਵੇਂ ਤੁਸੀਂ ਹਲਦੀ ਵੀ ਪਾਈ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਬੇਸਨ ਵੀ ਪਿਆ ਆ। ਫ੍ਰੈਗਰੈਂਸ ਮੈਂ ਦੇਖਦੀ ਹਾਂ ਕਿ ਤੁਸੀਂ ਲਸਣ ਦਾ ਪਾਇਆ ਸੀ, ਉਹ ਆ ਰਿਹਾ ਨਹੀਂ। ਲਸਣ ਦਾ ਜਿਹੜਾ ਉਹ ਹੈਗਾ ਆ ਫ੍ਰੈਗਰੈਂਸ, ਉਹਦੇ ਵਿੱਚ ਆ ਰਹੀ ਹੈ ਕਿ ਤੁਸੀਂ ਲਸਣ ਪਾ ਕੇ ਜਿਹੜਾ ਇਹਦਾ ਆਟਾ ਬਣਾਇਆ। ਕਾਫੀ ਇੱਕ ਨਵਾਂ ਕਨਸੈਪਟ ਤੁਸੀਂ ਦੱਸਿਆ ਪੂਰੀ ਬਣਾਉਣ ਦਾ, ਕਿਉਂਕਿ ਅਸੀਂ ਨੋਰਮਲੀ ਜਿਹੜੀਆਂ ਹੈਗੀਆਂ ਨੇ ਜਾਂ ਕੋਈ ਪਿਆਜ਼ ਪਾ ਲੈਂਦਾ ਜਾਂ ਕੋਈ ਆਲੂ ਪਾ ਦਿੰਦਾ, ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਪਾ ਕੇ ਪੂਰੀ ਬਣਾ ਲੈਂਦੇ ਸੀ, ਪਰ ਲਸਣ ਦਾ ਫਲੇਵਰ ਜਿਹੜਾ ਤੁਸੀਂ ਐਡ ਆਨ ਕਰਕੇ ਪੂਰੀ ਬਣਾਈ ਹੈ, ਇਹ ਵਾਕਈ ਜਿਹੜਾ ਹੈ ਕਿ ਇੱਕ ਨਵਾਂ ਤੁਸੀਂ ਸਾਨੂੰ ਇਨਵੈਂਸ਼ਨ ਕਰਕੇ ਦੱਸੀ ਹੈ ਕਿ ਇੱਦਾਂ ਵੀ ਪੂਰੀ ਜਿਹੜੀ ਹੈ ਬਣ ਸਕਦੀ ਹੈ। ਅਤੇ ਹੁਣ ਵਿਹਲਾ ਹੋ ਚੱਲਣ ਟੇਸਟ ਕਰਨ ਦਾ, ਬਿਲਕੁਲ ਰੇਖਾ ਜੀ ਮੈਂ ਟੇਸਟ ਕਰ ਸਕਦੀ ਹਾਂ? ਬਿਲਕੁਲ ਬਿਲਕੁਲ, ਬਟ ਦਰਸ਼ਕਾਂ ਤੋਂ ਹਾਲੇ ਮੈਨੂੰ ਇਜਾਜ਼ਤ ਨਹੀਂ ਮਿਲੀ ਟੇਸਟ ਕਰਨ ਦੀ। ਉਹ ਕਿਉਂ? ਕਿਉਂਕਿ ਉਹਨਾਂ ਨੂੰ ਹੁਣ ਦੱਸਣਾ ਕਿ ਪੂਰੀ ਕਿਵੇਂ ਬਣੀ ਹੈ, ਕਿਹੜੇ ਕਿਹੜੇ ਇਨਗਰੀਡੀਅੰਟਸ ਇਹਦੇ ਵਿੱਚ ਪਏ ਨੇ, ਅਤੇ ਉਹਨਾਂ ਦਾ ਰੀਕੈਪ ਵੀ ਦਿਖਾਉਣਾ। ਅਤੇ ਬਿਲਕੁਲ ਦਰਸ਼ਕੋ, ਤੁਸੀਂ ਵੇਖੋ ਇਸ ਪੂਰੀ ਜਿਹੜੀ ਹੈਗੀ ਇੱਕ ਸਪੈਸ਼ਲ ਪੂਰੀ ਉਹਨਾਂ ਨੇ ਬਣਾਈ ਹੈ, ਇਹਦੇ ਇਨਗਰੀਡੀਅੰਟਸ ਉਸ ਨਾਲ ਇੱਕ ਛੋਟੀ ਜਿਹੀ ਰੀਕੈਪ। ਬਿਲਕੁਲ, ਬੜੇ ਲਾਜਵਾਬ ਬਣੇ ਨੇ। ਹੁਣ ਦਰਸ਼ਕਾਂ ਨੇ ਰੀਕੈਪ ਵੀ ਨੋਟ ਕਰ ਲਿਆ, ਅਤੇ ਹੁਣ ਵਿਹਲਾ ਹੋ ਚੱਲੇ ਟੇਸਟ ਕਰਨ ਦਾ ਇਹਨੂੰ। ਮੈਂ
ਚਮਚ ਲੈ ਲੈਣੀ ਆ ਫਿਰ ਅਸੀਂ ਚਨੇ ਟੇਸਟ ਕਰਦੇ ਹਾਂ। ਬਿਲਕੁਲ ਵਾਹ ਕਿਆ ਸਵਾਦ ਹੈ, ਇੰਨਾ ਯੰਮੀ ਟੇਸਟ ਇਹਦਾ ਆ ਰਿਹਾ ਪੀਲੀ ਚਨਾ ਦਾ। ਪੂਰੀ ਵੀ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਵੀ ਤੇਲ ਕਿਤੇ ਵੀ ਨਹੀਂ ਲੱਗਿਆ ਹੋਇਆ, ਇੰਨਾ ਅੱਛਾ ਤਰੀਕੇ ਨਾਲ ਜਿਹੜੀ ਆ ਪੂਰੀ ਬਣਾਈ ਹੋਈ ਹੈ। ਯਾਨੀ ਕਿ ਜਿਹੜਾ ਲਸਣ ਇਹਨਾਂ ਨੇ ਪਾ ਕੇ ਆਟਾ ਗੁੰਨਿਆ ਸੀ ਉਹਦਾ ਵੀ ਫਲੇਵਰ ਹੈ ਜਿਹੜਾ ਪੂਰੀ ਦੇ ਵਿੱਚ ਆ ਰਿਹਾ। ਖੈਰ ਹੁਣ ਇਹ ਅਸੀਂ ਪੂਰੀ ਤੇ ਖਾ ਲਈ ਹੈ, ਸੋ ਇਲਾਵਾ ਹੁਣ ਮੈਨੂੰ ਪੀਣ ਨੂੰ ਵੀ ਤਾਂ ਕੁਛ ਚਾਹੀਦਾ ਹੈ। ਤੇ ਆਓ ਫਿਰ ਰੇਖਾ ਜੀ ਕੋ ਪੁੱਛਦੇ ਹਾਂ ਕਿ ਇਹਦੇ ਨਾਲ ਪੀਣ ਨੂੰ ਕੀ ਬਣਾ ਰਿਹਾ ਜੀ। ਰੇਖਾ ਜੀ ਹੁਣ ਅਸੀਂ ਕੀ ਬਣਾਵਾਂਗੇ? ਪੂਰੀ ਚਾਹੇ ਤਾਂ ਤੁਸੀਂ ਸਾਨੂੰ ਬਣਾ ਕੇ ਦਿੱਤੇ, ਬਹੁਤ ਟੇਸਟੀ ਵੀ ਸੀਗੇ। ਇਸੇ ਨਾਲ ਹੁਣ ਪੀਣ ਨੂੰ ਅਸੀਂ ਕੀ ਸਰਵ ਕਰਾਂਗੇ? ਅਸੀਂ ਜਲਜੀਰਾ ਬਣਾਉਂਗੇ। ਜਲਜੀਰਾ, ਚਲੋ ਫਿਰ ਤਿਆਰੀ ਕਰਦੇ ਜਲਜੀਰਾ ਦੀ। ਇਹ ਸਮਾਨ ਥੋੜੇ ਅਸੀਂ ਸਾਈਡ 'ਚ ਰੱਖਦੇ ਨੇ ਤਾਂ ਕਿ ਸਾਨੂੰ ਜਗ੍ਹਾ ਥੋੜੀ ਹੈ ਮਿਲ ਜਾਵੇ। ਮੈਨੂੰ ਲੱਗਦਾ ਕਿ ਇੱਕ ਜਗ੍ਹਾ ਬਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਹਾਂਜੀ ਜੀ, ਜਿਹੜਾ ਸਮਾਨ ਸਾਨੂੰ ਨਹੀਂ ਚਾਹੀਦਾ ਅਸੀਂ ਪਿੱਛੇ ਰੱਖ ਦਿੰਦੇ ਹਾਂ, ਜਿਹੜਾ ਸਾਨੂੰ ਚਾਹੀਦਾ ਉਹ ਅਸੀਂ ਅੱਗੇ ਰੱਖ ਦਿੰਦੇ ਹਾਂ। ਇਹ ਜਲਜੀਰਾ ਦਾ ਸਮਾਨ ਹੈ ਜੀ। ਤੁਸੀਂ ਪਹਿਲੇ ਸਮਾਨ ਹੈ ਜਿਹੜਾ ਆਲਮੋਸਟ ਰੈਡੀ ਕਰਕੇ ਰੱਖਿਆ ਹੋਇਆ ਹੈ। ਹੁਣ ਅਸੀਂ ਚਮਚ ਇਹਦੇ ਤੇ ਸਾਨੂੰ ਜਿਹੜਾ ਚਾਹੀਦਾ ਸਭ ਤੋਂ ਪਹਿਲਾਂ ਇਹ ਜੀ ਤੇ ਧਨੀਆ ਪੁਦੀਨਾ ਜੀ ਔਰ ਥੋੜੀ ਜੀ ਹਰੀ ਮਿਰਚ। ਹਰੀ ਮਿਰਚ, ਧਨੀਆ ਪੁਦੀਨਾ ਤੇ ਹਰੀ ਮਿਰਚ ਦਾ ਜਿਹੜਾ ਥੋੜਾ ਜਿਹਾ ਉਹਨੂੰ ਗ੍ਰਾਈਂਡ ਕਰਕੇ ਜਿਹੜਾ ਤੁਸੀਂ ਮਿਕਸਰ ਤਿਆਰ ਕੀਤਾ ਜੀ। ਇਹ ਇਮਲੀ ਦਾ ਪਲਪ ਹੈ ਜੀ, ਇਮਲੀ ਦਾ ਰਸ ਹੈ ਜੀ। ਹਾਂਜੀ, ਇਹ ਅਪਰੋਕਸੀਮੇਟਲੀ ਆਪਾਂ ਲੈ ਲੈਣਾ ਅੱਧਾ ਕਟੋਰੀ ਦੇ ਕਰੀਬ, ਅੱਧਾ ਕੌਲੀ ਜਿਹੜਾ ਹੈਗਾ ਇਮਲੀ ਦਾ ਰਸ ਪਹਿਲੇ ਪਾਵਾਂਗੇ ਜੀ ਇਸ ਦੇ ਨਾਲ। ਇਹਦੇ ਨਾਲ ਆਪਾਂ ਜਿਹੜਾ ਪਾਣੀ ਪਾਵਾਂਗੇ ਉਹ 1 ਕੱਪ ਪੂਰਾ ਹੈ ਵਾਲਾ ਜੀ, ਅੱਧਾ ਕੱਪ ਪੂਰਾ ਜੀ, ਅੱਧਾ ਕੱਪ ਪਾਣੀ। ਜਲਜੀਰਾ ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਵਿੱਚ ਲੋਕ ਸਪਾਈਸੀ ਖਾਣਾ ਜਿਹਨਾਂ ਨੂੰ ਜ਼ਿਆਦਾ ਪਸੰਦ ਹੈ, ਪੂਰੀ ਚਨਾ ਹੋ ਗਿਆ ਨਾਲ ਜਲਜੀਰਾ, ਇੱਦਾਂ ਦੀਆਂ ਚੀਜ਼ਾਂ ਸਾਨੂੰ ਬੜੀਆਂ ਪਸੰਦ ਆਉਂਦੀਆਂ ਨੇ। ਇਹਨੂੰ ਅੱਛੇ ਸੇ ਆਪਾਂ ਮਿਕਸ ਕਰ ਲਾਂਗੇ ਪਹਿਲਾਂ। ਮਿਕਸ ਕਰਦੇ ਹਾਂ ਜੀ, ਮਿਕਸ ਮੈਂ ਕਰ ਦਿੰਨੀ ਆ, ਤੁਸੀਂ ਮੈਨੂੰ ਦੱਸੋ ਤੁਸੀਂ ਪਾਓ। ਮੈਂ ਮਿਕਸ ਕਰਦੀ ਆ, ਹੁਣ ਆਪਾਂ ਇਹਦੇ ਤੇ ਪਾਵਾਂਗੇ ਜੀ ਜਿੰਨਾ ਸਾਨੂੰ ਟੇਸਟ ਚਾਹੀਦਾ ਧਨੀਏ ਪੁਦੀਨੇ ਦਾ ਨਾ ਜੀ, ਉਹਨਾਂ ਕੋ ਜਿੱਦਾਂ ਆਪਾਂ ਜੀ, ਯਾਨੀ ਕਿ ਸਾਰਾ ਨਹੀਂ ਪਾਣਾ ਹੈ। ਨਹੀਂ ਨਹੀਂ, 2-3 ਚਮਚ ਥੋੜਾ ਕਲਰ ਆ ਜਾਏ ਇਹਦਾ ਜੀ, ਸਿਰਫ ਟੇਸਟ ਦੇ ਅਕੋਰਡਿੰਗਲੀ ਜਿਹੜਾ ਪਾਣਾ ਹੈ। ਹਾਂਜੀ ਹਾਂਜੀ ਜੀ, ਇਸੇ ਨਾਲ ਇਹਦੇ ਨਾਲ ਆਪਾਂ ਥੋੜਾ ਜਿਹਾ ਤੇ ਬਲੈਕ ਕਾਲਾ ਨਮਕ, ਕਾਲਾ ਨਮਕ ਜੀ, ਕਾਲਾ ਨਮਕ ਅੱਧਾ ਚਮਚ, ਕਾਲਾ ਨਮਕ ਅੱਧਾ ਚਮਚ, ਕਾਲਾ ਨਮਕ ਅੱਧਾ ਚਮਚ, ਚਾਟ ਮਸਾਲਾ ਜੀ। ਇਹਨੂੰ ਥੋੜਾ ਤੇਜ਼ ਤੇਜ਼ ਹਿਲਾਉਣਾ ਚਾਹੀਦਾ ਜਾਂ ਕਿ ਜਿਹੜਾ ਨਮਕ ਹੈ ਜਿਹੜਾ ਇਹਦੇ ਮਤਲਬ ਮੋਟੇ ਮੋਟੇ ਡੱਲੇ ਜੇ ਨਾ ਰਹਿਣ ਤੇ ਅੱਛੀ ਤਰ੍ਹਾਂ ਜਿਹੜਾ ਮਿਕਸ ਹੋ ਜਾਵੇ। ਬਿਲਕੁਲ ਬਿਲਕੁਲ, ਇਹਦੇ ਤੇ ਪੀਸੀ ਚੀਨੀ ਅਸੀਂ ਪਾਵਾਂਗੇ 1 ਚਮਚ ਕੇ ਜੀ, ਪੀਸੀ ਹੋਈ ਚੀਨੀ, ਚੀਨੀ ਉਹ ਜਲਦੀ ਡਿਸੋਲਵ ਹੋ ਜਾਂਦੀ ਹੈ। ਗ੍ਰੇਟਡ ਸ਼ੂਗਰ ਜਿਹੜੀ ਹੈਗੀ ਹੈ ਉਹ ਬਾਜ਼ਾਰੋਂ ਬੜੀ ਈਜ਼ੀਲੀ ਅਵੇਲੇਬਲ ਹੋ ਜਾਂਦੀ ਹੈ, ਤੁਸੀਂ ਉਹ ਵੀ ਪਾ ਸਕਦੇ ਹੋ ਜੀ। ਮੈਨੂੰ ਲੱਗਦਾ ਕਿ ਹੁਣ ਸ਼ਾਇਦ ਬਣ ਕੇ ਰੈਡੀ ਹੈ। ਹੁਣ ਆਪਾਂ ਇਹਦੇ ਤੇ ਪਾਵਾਂਗੇ ਥੋੜੀ ਜੀ ਬੂੰਦੀ ਜੀ। ਡੈਕੋਰੇਸ਼ਨ ਵਾਸਤੇ ਸਟ੍ਰੋ ਮੈਂ ਤੁਹਾਨੂੰ ਦੇ ਦਿੰਦੀ ਹਾਂ ਜੀ। ਅੰਬ੍ਰੇਲਾ ਮੇਰੀ ਫੇਵਰੇਟ ਮਤਲਬ ਇਹਦਾ ਦੀ ਪ੍ਰੈਜੈਂਟੇਸ਼ਨ ਜਿਹੜੀ ਹੈਗੀ ਬੱਚਿਆਂ ਨੂੰ ਬੜੀ ਅਟਰੈਕਟਿਵ ਲੱਗਦੀ ਹੈ, ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਘਰ ਬਣਾ ਕੇ ਥੋੜਾ ਜਿਹਾ ਆਪਾਂ ਲੈਮਨ ਜੂਸ ਵੀ, ਇਹਨੂੰ ਥੋੜਾ ਹਿਲਾਉਣ ਦੀ ਜ਼ਰੂਰਤ ਹੈ ਜਾਂ ਨਹੀਂ? ਹਾਂਜੀ ਥੋੜਾ ਜਿਹਾ ਹਿਲਾ ਲੈਂਦੇ ਹਾਂ, ਸਟ੍ਰੋ ਨਾਲ ਹੀ ਅਸੀਂ ਹਿਲਾ ਦਿੰਦੇ ਹਾਂ ਜੀ। ਹੁਣ ਆਪਾਂ ਇਸ ਤਰ੍ਹਾਂ ਇਹਨੂੰ ਪ੍ਰੈਜੈਂਟ ਕਰਾਂਗੇ ਜੀ।
ਜੀ ਬਿਲਕੁਲ, ਬੜੇ ਖੂਬਸੂਰਤ ਤਰੀਕੇ ਨਾਲ ਜਿਹੜਾ ਹੈਗਾ ਜਲਜੀਰਾ ਇਹਨਾਂ ਨੇ ਤਿਆਰ ਕੀਤਾ ਤੇ ਬੜਾ ਆਸਾਨ ਹੈ। ਮੈਨੂੰ ਲੱਗਦਾ ਜਦੋਂ ਵੀ ਕੋਈ ਵੀ ਮਹਿਮਾਨ ਸਾਡੇ ਘਰ ਆਉਂਦਾ ਤੇ ਬੜੀ ਜਲਦੀ ਇਹ ਤਿਆਰ ਕਰਕੇ ਅਸੀਂ ਉਸ ਨੂੰ ਸਰਵ ਕਰ ਦਿੰਦੇ ਹਾਂ। ਫਿਲਹਾਲ ਇਹਨੂੰ ਕਿਵੇਂ ਤਿਆਰ ਕੀਤਾ ਜਾਂਦਾ ਇਸ ਲਈ ਤੁਸੀਂ ਨੋਟ ਕਰੋ ਇਹਦੇ ਇਨਗਰੀਡੀਐਂਟਸ, ਉਸਦੇ ਨਾਲ ਇੱਕ ਛੋਟਾ ਜਿਹਾ ਰੀਕੈਪ। ਅਸੀਂ ਦਰਸ਼ਕਾਂ ਨੇ ਇਹਦੀ ਰੀਕੈਪ ਵੀ ਨੋਟ ਕਰ ਲਈ ਹੈ ਤੇ ਇਨਗਰੀਡੀਐਂਟਸ ਵੀ ਨੋਟ ਕਰ ਲੈਣੇ। ਤਾਂ ਹੁਣ ਅਵੇਲਾ ਹੋ ਚਲਾ ਟੇਸਟ ਕਰਨ ਦਾ, ਮੈਂ ਟੇਸਟ ਕਰਕੇ ਦੇਖਦੀ ਹਾਂ ਕਿਹੋ ਜਿਹਾ ਬਣਿਆ। ਬੜਾ ਖੱਟਾ ਮਿੱਠਾ ਬਣਿਆ ਔਰ ਬਹੁਤ ਹੀ ਜ਼ਿਆਦਾ ਯੰਮੀ ਹੈ ਜਿਹੜਾ ਜਲਜੀਰਾ ਤੁਸੀਂ ਬਣਾ ਕੇ ਦਿੱਤਾ। ਬਹੁਤ ਵਧੀਆ ਪ੍ਰੈਜੈਂਟੇਸ਼ਨ ਵੀ ਹੈ, ਬਹੁਤ ਲਾਜਵਾਬ ਜਿਹੜਾ ਇਹਦਾ ਟੇਸਟ ਮੈਨੂੰ ਆ ਰਿਹਾ। ਥੈਂਕ ਯੂ ਸੋ ਮੱਚ ਰੇਖਾ ਜੀ, ਤੁਸੀਂ ਇੰਨੇ ਵਧੀਆ ਅੱਜ ਡਿਸ਼ਿਜ਼ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਬਣਾ ਕੇ ਦਿੱਤੀਆਂ ਨੇ। ਪਰ ਹੁਣ ਵੇਲਾ ਹੋ ਚਲਾ ਇਜਾਜ਼ਤ ਲੈਣ ਦਾ। ਤੁਸੀਂ ਇਸ ਸ਼ੋਅ ਦੇ ਵਿੱਚ ਆਏ, ਸਾਡੇ ਦਰਸ਼ਕਾਂ ਨਾਲ ਇੰਨੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਸੀਂ ਸ਼ੇਅਰ ਕੀਤੀਆਂ, ਇੰਨੀ ਸਾਰੀ ਡਿਸ਼ਿਜ਼ ਸ਼ੇਅਰ ਕੀਤੀਆਂ, ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਔਰ ਅਨੀਸ਼, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸ਼ੋਅ ਤੇ ਆਏ ਤੇ ਰੇਖਾ ਜੀ ਦਾ ਤੁਸੀਂ ਬਾਖੂਬੀ ਜਿਹੜਾ ਸਾਥ ਦਿੱਤਾ ਡਿਸ਼ਿਜ਼ ਬਣਾਉਣ ਦੇ ਵਿੱਚ। ਥੈਂਕ ਯੂ ਸੋ ਮੱਚ ਫੋਰ ਕਮਿੰਗ ਜੀ। ਦਰਸ਼ਕੋ, ਹੁਣ ਵਿਹਲਾ ਹੋ ਚੁੱਲਾ ਤੁਹਾਡੇ ਸਭ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਐਪੀਸੋਡ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਕੁਛ ਖੱਟਾ, ਕੁਛ ਮਿੱਠਾ ਤੇ ਇੱਕ ਚਟਪਟਾ ਜਿਹਾ ਐਪੀਸੋਡ ਅੱਜ ਰੇਖਾ ਜੀ ਨੇ ਪੇਸ਼ ਕੀਤਾ, ਇੱਕ ਚਟਪਟੀਆਂ ਡਿਸ਼ਿਜ਼ ਬਣਾ ਕੇ ਇਸ ਸ਼ੋਅ ਦੇ ਵਿੱਚ। ਹੁਣ ਵਿਹਲਾ ਹੋ ਚੁੱਲਾ ਇਜਾਜ਼ਤ ਲੈਣ ਦਾ। ਅਗਲੀ ਵਾਰ ਅਸੀਂ ਫਿਰ ਹਾਜ਼ਰ ਹੋਵਾਂਗੇ ਇਸੇ ਸ਼ੋਅ ਤੇ ਇਸੇ ਵੇਲੇ। ਤਦ ਤੱਕ ਲਈ ਤੁਸੀਂ ਸਾਰੇ ਆਪਣਾ ਧਿਆਨ ਰੱਖਣਾ, ਖਾਓ ਪੀਓ, ਐਸ਼ ਕਰੋ ਤੇ ਵੇਖਦੇ ਰਹੋ ਵਾਹ ਕਿਆ ਸਵਾਦ ਹੈ। ਵਾਹ ਕਿਆ ਸਵਾਦ ਹੈ।